ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਉੱਪਰ ਸਵਾਗਤ ਹੈ ਜੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਮਾਤਾ ਭਾਗ ਕੌਰ ਜੀ ਦੇ ਇਸ ਸਥਾਨ ਦੇ ਦਰਸ਼ਨ ਕੀਤੇ ਸਨ ਜੀ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਸਾਡੇ ਚੈਨਲ 'ਤੇ ਜਾ ਕੇ ਵੀਡੀਓ ਨੂੰ ਦੇਖ ਸਕਦੇ ਹੋ। ਉੱਪਰ ਆਈ ਬਟਨ 'ਤੇ ਵੀ ਤੁਹਾਨੂੰ ਵੀਡੀਓ ਲਿੰਕ ਮਿਲ ਜਾਏਗਾ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਨਾਨਕ ਸ਼ਿਆ ਸਾਹਿਬ ਦੇ ਦਰਸ਼ਨ ਕਰਾਂਗੇ ਜੀ। ਇਸ ਤੋਂ ਪਹਿਲਾਂ ਆਪਾਂ ਭਗਤ ਨਾਮਦੇਵ ਜੀ ਦੇ ਸ਼ਹਿਰ ਨਰਸੀਏ ਦਰਸ਼ਨ ਕੀਤੇ ਸੀ। ਜੇਕਰ ਤੁਸੀਂ ਉਹ ਵਾਲੀ ਜਿਹੜੀ ਸੀਰੀਜ਼ ਸੀਗੀ ਨਹੀਂ ਦੇਖੀ ਤਾਂ ਸਾਡੇ ਚੈਨਲ 'ਤੇ ਦੇਖ ਲਿਓ ਜੀ। ਨੰਦੇੜ ਸਾਹਿਬ ਦੀ ਪੂਰੀ ਪਲੇਲਿਸਟ ਅਸੀਂ ਬਣਾਈ ਹੈ, ਉਹ ਵੀ ਜਾ ਕੇ ਵਿਜ਼ਿਟ ਕਰਿਓ। ਬਣੇ ਰਹੋ ਸਾਡੇ ਨਾਲ ਅੱਜ ਦੀ ਪੂਰੀ ਵੀਡੀਓ ਦੇ ਵਿੱਚ ਜੀ। ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਤੀਸਰੀ ਸਟੇਅ ਕਰਾਂਗੇ ਜੀ ਆਪਾਂ ਇਸ ਸਥਾਨ ਦੇ ਉੱਤੇ ਜੀ, ਭਾਈ ਸਾਹਿਬ ਸਿੰਘ ਜੀ ਦੇ ਨਾਮ 'ਤੇ ਜਿਹੜੇ ਪੰਜ ਪਿਆਰੇ ਸੀਗੇ ਜੀ, ਪੰਜ ਪਿਆਰਿਆਂ ਦੇ ਵਿੱਚੋਂ ਪੰਜਵੇਂ ਪਿਆਰੇ, ਉਹਨਾਂ ਦੇ ਨਾਮ 'ਤੇ ਬਣਿਆ ਹੋਇਆ ਸਥਾਨ ਆ ਜੀ। ਇਹ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ। ਸਤਿ ਸ਼੍ਰੀ ਅਕਾਲ। ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ, ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ। ਆਪਾਂ ਤੀਸਰੀ ਸਟੇਅ ਕੀਤੀ ਆ ਜੀ ਇਸ ਸਥਾਨ ਦੇ ਉੱਤੇ, ਉੱਧਰਾ ਭਾਈ ਸਾਹਿਬ ਸਿੰਘ ਜੀ ਦੇ ਨਾਮ 'ਤੇ ਆ ਜੀ, ਪੰਜਾਂ ਪਿਆਰਿਆਂ ਦੇ ਵਿੱਚੋਂ ਸੀ ਜਿਹੜੇ ਜੀ, ਉਹਨਾਂ ਦੇ ਨਾਮ ਉੱਤੇ ਗੱਡੀ ਰੋਕੀ ਆਪਣੀ ਅਤੇ ਸੰਗਤ ਉੱਤਰ ਰਹੀ ਆ ਗੱਡੀ ਦੇ ਵਿੱਚੋਂ ਜੀ। ਆ ਜਾਓ ਦਰਸ਼ਨ ਕਰਦੇ ਹਾਂ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ। ਆ ਜਾਓ ਚੱਲਦੇ ਹਾਂ ਆਪਾਂ ਅੰਦਰ ਨੂੰ ਜੀ। ਇਹ ਸਟਾਫ ਆ ਗੁਰਦੁਆਰਾ ਸਾਹਿਬ ਦਾ ਬੈਠਾ ਜੀ। ਆਓ ਚਲੀਏ ਅੰਦਰ ਨੂੰ ਜੀ। ਸ਼ਹਿਰ ਕਰਨਾਟਕਾ ਦਾ ਹੈ ਜੀ। ਜਦੋਂ 1699 ਦੀ ਵੈਸਾਖੀ ਵਾਲੇ ਦੇ ਖਾਲਸੇ ਪੰਥ ਦੀ ਸਾਜਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ, ਉਹ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ, ਪਿਤਾ ਗੁਰੂ ਨਾਰਾਇਣ ਜੀ, ਮਾਤਾ ਅਨੁਪਮਾ ਜੀ, ਇੱਥੋਂ ਸ੍ਰੀ ਅਨੰਦਪੁਰ ਤਖ਼ਤ ਕੇਸਗੜ੍ਹ ਸਾਹਿਬ ਜਾਂਦੇ ਪੰਜਾਬ ਬਿਹਾਰੀਆ ਦੀ ਚੋਣ ਸਮੇਂ ਆਪਣਾ ਸਿਸ ਭੇਟ ਕੀਤਾ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਚਮਕੌਰ ਸਾਹਿਬ ਦੇ ਗੜੇਵੇ ਜੰਗ ਲੜਦੇ ਹੋਏ ਸ਼ਹੀਦ ਪ੍ਰਾਪਤ ਕੀਤੀ ਜੀ। ਆਪ ਆਪਣੀ ਹਿਮਾਇਤਾ ਵਿੱਚ ਹਿੱਸਾ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਪ ਜੀ ਦੀ ਸਾਰਿਆਂ ਦੀ ਯਾਤਰਾ ਸਫਲ ਹੋਵੇ, ਸਾਰਿਆਂ ਨੂੰ ਨਾਮ ਦਾ ਗੁਰਸਿੱਖੀ ਜੀਵਨ ਬਖਸ਼ੇ। ਗੱਜ ਵੱਜ ਕੇ ਕਿਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਦਰਸ਼ਨ ਕਰ ਲਏ ਨੇ ਜੀ ਇਸ ਸਥਾਨ ਦੇ ਜੀ। ਹੁਣ ਆਪਾਂ ਚੱਲਦੇ ਹਾਂ ਨਾਨਕ ਝੀਰਾ ਸਾਹਿਬ ਨੂੰ ਜੀ, ਦਰਸ਼ਨ ਕਰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਥਾਨ ਦੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਜੀ। ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ
ਜ਼ਰੂਰ ਕਰਿਓ ਜੀ। ਇਸ ਜਗ੍ਹਾ ਤੋਂ ਦੂਰੀ ਜੀ ਨਾਨਕ ਝੀਰਾ ਸਾਹਿਬ ਦੀ ਤਕਰੀਬਨ 4 ਤੋਂ 5 ਕਿਲੋਮੀਟਰ ਆ। ਬਸ ਆਪਾਂ ਪਹੁੰਚਣ ਵਾਲੇ ਹਾਂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਥਾਨ ਦੇ ਉੱਤੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਜੀ। ਆਪਾਂ ਪਹੁੰਚ ਚੁੱਕੇ ਹਾਂ ਜੀ ਉਸ ਪਵਿੱਤਰ ਧਰਤੀ ਦੇ ਉੱਤੇ ਵਿਦਰ ਕਰਨਾਟਕਾ ਵਿਖੇ ਜੀ, ਜਿਸ ਜਗ੍ਹਾ ਸਾਡੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਆਏ, ਇਸ ਜਗ੍ਹਾ ਦੇ ਉੱਤੇ ਰਹੇ ਪਾਤਸ਼ਾਹ। ਬਹੁਤ ਭਾਗਾਂ ਵਾਲੀ ਧਰਤੀ ਆ ਜੀ ਇਹ। ਤੁਹਾਨੂੰ ਉਸ ਸਥਾਨ ਦੇ ਉਸ ਜਗ੍ਹਾ ਦੇ ਵੀ ਦਰਸ਼ਨ ਕਰਾਵਾਂਗੇ ਜਿਸ ਜਗ੍ਹਾ ਪਾਤਸ਼ਾਹ ਨੇ ਪਾਣੀ ਦਾ ਸੋਮਾ ਪ੍ਰਗਟ ਕੀਤਾ ਸੀ ਜੀ। ਬਣੇ ਰਹੋ ਸਾਡੇ ਨਾਲ ਜੀ। ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਨਾਨਕ ਝੀਰਾ ਸਾਹਿਬ ਵਿਖੇ ਜੀ, ਵਿਦਰ ਦੀ ਉਸ ਪਵਿੱਤਰ ਧਰਤੀ 'ਤੇ, ਸਟੇਟ ਕਰਨਾਟਕਾ ਦੇ ਵਿੱਚ ਜੀ, ਜਿੱਥੇ ਸਾਡੀ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਜੀ। ਇਹ ਹੋਸਪਿਟਲ ਬਣਿਆ ਹੋਇਆ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਉੱਤੇ ਜੀ। ਇਹ ਮਾਰਕੀਟ ਆ ਪਹਿਲਾਂ ਜੀ, ਇਹ ਆ ਜੀ ਦਰਸ਼ਨੀ ਡਿਊਟੀ ਜੀ। ਲਓ ਜੀ ਐਂਟਰ ਹੋ ਗਏ ਆਪਾਂ ਉਸ ਕਰਮਾਂ ਵਾਲੀ ਉਸ ਭਾਗਾਂ ਵਾਲੀ ਧਰਤੀ ਦੇ ਉੱਤੇ ਜੀ, ਜਿਸ ਜਗ੍ਹਾ ਸਾਡੇ ਪਾਤਸ਼ਾਹ ਨੇ ਚਰਨ ਪਾਏ ਜੀ। ਇਹ ਆ ਪਾਰਕਿੰਗ ਬਣੀ ਹੋਈ, ਇਸ ਜਗ੍ਹਾ ਗੱਡੀ ਕਰਦੇ ਹਾਂ ਪਾਰਕਿੰਗ ਆਪਾਂ, ਫਿਰ ਚੱਲਦੇ ਹਾਂ ਅੰਦਰ ਨੂੰ ਗੁਰਦੁਆਰਾ ਸਾਹਿਬ ਦੇ ਜੀ, ਦਰਸ਼ਨ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਲਓ ਜੀ ਗੱਡੀ ਆਪਾਂ ਕਰਤੀ ਪਾਰਕ ਅਤੇ ਸੰਗਤ ਉਤਰਿਆ ਜੀ ਆਪਣੀ ਗੱਡੀ ਦੇ ਵਿੱਚੋਂ। ਪਾਰਕਿੰਗ ਦੇ ਨਾਲ ਹੀ ਬਣਿਆ ਹੋਇਆ ਹੈ ਜੀ ਪਵਿੱਤਰ ਸਰੋਵਰ ਸਾਹਿਬ ਜੀ, ਜਿੱਥੇ ਆਪਾਂ ਆਪਣੇ ਤਨ ਦਾ ਇਸ਼ਨਾਨ ਕਰ ਸਕਦੇ ਹਾਂ ਜੀ। ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਜੀ। ਚੱਲਦੇ ਹਾਂ ਜੀ ਹੁਣ ਆਪਾਂ ਦਰਸ਼ਨਾਂ ਵਿੱਚ। ਸਾਹਮਣੇ ਬਣਿਆ ਹੋਇਆ ਦਰਬਾਰ ਸਾਹਿਬ ਜੀ, ਚੱਲਦੇ ਹਾਂ ਆਪਾਂ ਦਰਸ਼ਨ ਕਰਾਂਗੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ। ਅਤੇ ਸਾਹਮਣੇ ਆ ਜੀ ਪ੍ਰਸ਼ਾਦ ਕਾਊਂਟਰ, ਇੱਥੋਂ ਤੁਸੀਂ ਪ੍ਰਸ਼ਾਦ ਲੈ ਸਕਦੇ ਹੋ।
ਇਹ ਸਾਹਮਣੇ ਤੋਂ ਜੀ ਪ੍ਰਸ਼ਾਦ ਮਿਲਦਾ ਆ। ਉਹ ਸਾਹਮਣੇ ਆ ਜੀ ਉਹ ਅੰਮ੍ਰਿਤ ਕੁੰਡ ਜਿਹੜਾ ਪਾਤਸ਼ਾਹ ਨੇ ਪ੍ਰਗਟ ਕੀਤਾ ਸੀ ਸਾਡੇ ਧੰਨ ਗੁਰੂ ਨਾਨਕ ਸਾਹਿਬ ਨੇ ਜੀ, ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ। ਉਹ ਤੁਸੀਂ ਦੇਖ ਸਕਦੇ ਹੋ, ਉਹਦੇ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਜੀ। ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਸਾਰਿਆਂ ਨੂੰ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਇੱਕ ਤਾਂ ਲੱਖ ਲੱਖ ਮੁਬਾਰਕਾਂ ਜੀ, ਕਿਉਂਕਿ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਥੋੜ੍ਹੇ ਦਿਨ ਪਹਿਲਾਂ ਹੀ ਲੰਘਿਆ ਆ ਜੀ। ਬਹੁਤ ਪਵਿੱਤਰ ਧਰਤੀ ਆ ਜੀ ਇਹ, ਜਿਸ ਜਗ੍ਹਾ 'ਤੇ ਸਾਡੀ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਸਾਹਿਬ ਜੀ ਆਏ, ਚਰਨ ਪਾਏ ਪਾਤਸ਼ਾਹ ਨੇ ਇਸ ਜਗ੍ਹਾ ਦੇ ਉੱਤੇ। ਉਸ ਸਮੇਂ ਦੇ ਵਿੱਚ ਪਾਣੀ ਦੀ ਮੁਸ਼ਕਲ ਸੀ ਜੀ, ਪਾਤਸ਼ਾਹ ਨੇ ਪਾਣੀ ਦੀ ਮੁਸ਼ਕਲ ਹੱਲ ਕੀਤੀ ਇਸ ਏਰੀਏ ਦੇ ਲੋਕਾਂ ਦੀ ਜੀ। ਇਹ ਅਸਥਾਨ ਆ ਜੀ, ਦੇਖੋ ਕਿੰਨਾ ਸੋਹਣਾ ਅਸਥਾਨ ਬਣਿਆ ਹੋਇਆ ਜੀ। ਵਿਦਰ ਦੀ ਪਵਿੱਤਰ ਧਰਤੀ, ਗੁਰਦੁਆਰਾ ਸ਼੍ਰੀ ਨਾਨਕ ਝੀਰਾ ਸਾਹਿਬ ਵਿਦਰ। ਇਹ ਸਾਹਮਣੇ ਗੁਰੂ ਕਾ ਲੰਗਰ ਜੀ। ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਫਿਰ ਆਪਾਂ ਉਸ ਝੀਰੇ ਦੇ ਉਸ ਝਰਨੇ ਦੇ ਜਿਹੜਾ ਪ੍ਰਗਟ ਕੀਤਾ ਪਾਤਸ਼ਾਹ ਉਹਦੇ ਵੀ ਦਰਸ਼ਨ ਕਰਾਂਗੇ ਜੀ। ਮਾਤਾ ਵੀ ਸਾਡੇ ਨਾਲ ਆਈ ਸਫ਼ਰ ਦੇ ਵਿੱਚ। ਦੇਖੋ ਕਿੰਨੀ ਉਮਰ ਹੋ ਗਈ, ਮਾਤਾ ਖੁੰਡੀ ਫੜੀ ਫਿਰਦੀ ਆ, ਪਰ ਫਿਰ ਵੀ ਮਾਤਾ ਦਰਸ਼ਨ ਕਰਨ ਆਈ ਆ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਸਥਾਨ ਦੇ ਜੀ। ਇਹ ਆ ਜੀ ਗੁਰੂ ਕਾ ਲੰਗਰ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਜਿਤਨਾ ਤੁਸੀਂ ਖਾਣਾ ਖਾ ਸਕਦੇ ਹੋ ਉਤਨਾ ਹੀ ਲਓ। ਕੱਲ ਦਾ ਸੁੱਟਿਆ ਗਿਆ ਖਾਣਾ 6 ਕਿਲੋ, ਜੋ ਕਿ 30 ਲੋਕਾਂ ਨੂੰ ਆਪਾਂ ਖਿਲਾ ਸਕਦੇ ਸੀ। ਜਾਣੀ ਇਹਨਾਂ ਲੋਕਾਂ ਨੇ ਖਾਣਾ ਕੱਲ ਵੇਸਟ ਕੀਤਾ ਜੀ। ਖਾਣਾ ਵੇਸਟ ਨਹੀਂ ਕਰਨਾ ਚਾਹੀਦਾ ਜੀ ਕਦੇ ਵੀ। ਇਸ ਜਗ੍ਹਾ ਤੋਂ ਭਾਂਡੇ ਆਪਾਂ ਲੈ ਸਕਦੇ ਹਾਂ ਜੀ ਪ੍ਰਸ਼ਾਦਾ ਛਕਣ ਲਈ। ਇੱਕ ਨਾ ਉਰੇ ਬੀਬੀਆਂ ਵੀ ਸੇਵਾ ਕਰਦੀਆਂ ਨੇ ਬਹੁਤ ਜ਼ਿਆਦਾ ਪ੍ਰਸ਼ਾਦੇ ਪਾਣੀ ਦੀ। ਇਹ ਬਣੀ ਹੋਈ ਸੇਵਾਦਾਰਾਂ ਦੀ ਰਿਹਾਇਸ਼, ਸੰਗਤੀ ਕਮਰੇ ਵੀ ਨੇ, ਸੰਗਤ ਨੇ ਠਹਿਰਾਉਣ ਹੋਵੇ ਉਹਨਾਂ ਨੂੰ ਵੀ ਕਮਰੇ ਵਗੈਰਾ ਮਿਲ ਜਾਂਦੇ ਨੇ ਇਸ ਜਗ੍ਹਾ ਦੇ ਉੱਤੇ ਜੀ। ਦਸਵੇਂ ਪਾਤਸ਼ਾਹ ਦੇ ਨਾਮ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਵੀ ਬਣਿਆ ਹੋਇਆ ਜੀ। ਜੇ ਤੁਸੀਂ ਕਮਰੇ ਵਗੈਰਾ ਲੈਣੇ ਹੋਣ ਤਾਂ ਕਮਰੇ ਵੀ ਮਿਲ ਜਾਂਦੇ ਨੇ ਜੀ। ਆ ਜੋ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ।
ਉਸ ਪਾਣੀ ਦੇ ਸੋਮੇ ਦੇ ਉਸ ਅੰਮ੍ਰਿਤ ਕੁੰਡ ਦੇ ਜਿਹੜਾ ਸਾਡੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ ਸੀ ਜੀ, ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਪਾਣੀ ਦੀਆਂ ਸੀਗੀਆਂ ਪਾਤਸ਼ਾਹ ਨੇ ਦੂਰ ਕੀਤੀਆਂ ਸੀਗੀਆਂ ਜੀ, ਇੱਥੇ ਦੇ ਲੋਕਾਂ ਨੂੰ ਸੁਖੀ ਕੀਤਾ ਸੀ ਸਾਡੇ ਪਾਤਸ਼ਾਹ ਨੇ। ਆਜੋ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਜੀ। ਬਣੇ ਰਹੋ ਪੂਰੀ ਵੀਡੀਓ ਦੇ ਅੰਡ ਤੱਕ ਜੀ, ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਅਤੇ ਕਮੈਂਟ ਕਰਨਾ ਵੀ ਨਾ ਭੁੱਲਿਓ ਜੀ। ਬਣੇ ਰਹੋ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਨਾਲ ਜੀ। ਦੇਖੋ ਲਿਖਿਆ ਤੁਸੀਂ ਪੜ੍ਹ ਸਕਦੇ ਹੋ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੂਜੀ ਉਦਾਸੀ ਵੇਲੇ ਜੀ ਇਸ ਬਿਦਰ ਦੀ ਧਰਤੀ 'ਤੇ ਚਰਨ ਪਾਏ ਸੀ ਸਾਡੇ ਪਾਤਸ਼ਾਹ ਨੇ। ਇਹ ਹੈ ਜੀ ਉਹ ਜਲ ਦਾ ਸੋਮਾ ਜਿਹੜਾ ਸਾਡੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ ਸੀ ਜੀ, ਬਹੁਤ ਵੱਡੀ ਸੱਜੇ ਪੈਰ ਦੇ ਅੰਗੂਠੇ ਨਾਲ ਜੀ ਪੱਥਰ ਹਟਾਇਆ ਸੀਗਾ ਜੀ ਇਸ ਜਗ੍ਹਾ ਦੇ ਉੱਤੇ ਜੀ। ਤੁਹਾਨੂੰ ਇਤਿਹਾਸ ਵੀ ਦਿਖਾਉਂਦੇ ਹਾਂ ਜੀ, ਲਿਖਿਆ ਹੋਇਆ ਆ ਉਹ ਵੀ ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ ਜੀ। ਇਹ ਆ ਜੀ ਇਤਿਹਾਸ, ਵੀਡੀਓ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ ਇੰਗਲਿਸ਼ ਦੇ ਵਿੱਚ, ਹਿੰਦੀ ਦੇ ਵਿੱਚ ਅਤੇ ਕੰਨੜ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਜੀ ਇਤਿਹਾਸ, ਤੁਸੀਂ ਵੀਡੀਓ ਰੋਕ ਕੇ ਪੜ੍ਹ ਸਕਦੇ ਹੋ। ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬਣੀ ਹੋਈ ਆ ਪਾਰਕ ਜੀ, ਬਹੁਤ ਸੋਹਣੀ। ਇਹ ਆਪਣਾ ਖੰਡਾ ਦਾ ਚੈਨਲ ਆਇਆ ਹੋਇਆ ਜੀ ਇਸ ਪਾਰਕ ਦੇ ਵਿੱਚ, ਬਹੁਤ ਸੋਹਣੀ ਇਹ ਪਾਰਕ ਬਣੀ ਹੋਈ ਆ ਜੀ। ਸੰਗਤ ਆਉਂਦੀ ਆ ਕੁਛ ਸਮਾਂ ਇਸ ਪਾਰਕ ਦੇ ਵਿੱਚ ਬੈਠਦੀ ਆ, ਕੀਰਤਨ ਸੁਣਦੀ ਆ ਜੀ। ਇਹ ਆ ਜੀ ਬਣੀ ਹੋਈ ਪਾਰਕ ਨਾਨਕ ਝੀਰਾ ਬਿਦਰ ਕਰਨਾਟਕਾ ਵਿਖੇ ਜੀ। ਇੱਕ ਸਾਈਡ ਬਣਿਆ ਹੋਇਆ ਜੀ ਗਠੜੀ ਘਰ, ਜਿੱਥੇ ਆਪਾਂ ਆਪਣਾ ਸਮਾਨ ਨਾ ਜਮ੍ਹਾਂ ਕਰਵਾ ਸਕਦੇ ਹਾਂ ਜੀ। ਇਹ ਆ ਜੀ ਗਠੜੀ ਘਰ ਬਣਿਆ ਹੋਇਆ ਸਾਹਮਣੇ, ਅਤੇ ਇਹ ਆ ਸਾਹਮਣੇ ਗੁਰਦੁਆਰਾ ਸਾਹਿਬ ਜੀ। ਇਹ ਇੱਕ ਪਾਸੇ ਬਣੇ ਹੋਏ ਨੇ ਵਾਸ਼ਰੂਮ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉੱਤੇ ਬਹੁਤ ਹੀ ਵੱਡੇ ਯਾਤਰੀ ਨਿਵਾਸ ਦੀ ਸਥਾਪਨਾ ਕੀਤੀ ਹੋਈ ਹੈ ਜੀ, ਤੁਸੀਂ ਦੇਖ ਸਕਦੇ ਹੋ। ਆਪਾਂ ਨੇ ਸਭ ਨੇ ਮਿਲ ਕੇ ਜੀ ਇਸ ਸਥਾਨ ਦੇ ਨਾਨਕ ਝੀਰਾ ਸਾਹਿਬ ਦੇ ਦਰਸ਼ਨ ਕਰ ਲਏ ਨੇ ਜੀ। ਵੀਡੀਓ ਚੰਗੀ ਲੱਗਦੀ ਆ, ਵੀਡੀਓ ਨੂੰ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲਿਓ ਜੀ। ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਦੇ ਉੱਤੇ ਜੀ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਗੁਰਦੁਆਰਾ ਸ਼੍ਰੀ ਨਾਨਕ ਛੀਰਾ ਸਾਹਿਬ ਤੋਂ ਚੱਲ ਕੇ ਜੀ ਆਪਾਂ ਇਸ ਸਥਾਨ 'ਤੇ ਆਏ ਹਾਂ ਜੀ। ਪਿਛਲੀ ਵੀਡੀਓ ਦੇ ਵਿੱਚ ਆਪਾਂ ਇਸ ਸਥਾਨ ਦੇ ਦਰਸ਼ਨ ਕੀਤੇ ਸੀ ਜੀ। ਇਸ ਸਥਾਨ 'ਤੇ ਆਪਾਂ ਚਾਹ ਪਾਣੀ ਪੀਵਾਂਗੇ ਜੀ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਉਸ ਸਥਾਨ ਦੇ ਦਰਸ਼ਨ ਕਰਾਂਗੇ ਜਿੱਥੋਂ ਦਸ਼ਮੇਸ਼ ਪਿਤਾ ਦੀ ਚਿਖਾ ਦੇ ਲਈ ਚੰਦਨ ਦੀ ਲੱਕੜ ਲਿਜਾਈ ਗਈ ਸੀ ਜੀ। ਇਸ ਲਈ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਬੈੱਲ ਆਈਕਨ ਜ਼ਰੂਰ ਦਬਾ ਦਿਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।